ਗੁਰੂ ਦੀ ਮੱਤ ਲੈ ਕੇ ਆਪਣਾ ਜੀਵਨ ਬਤੀਤ ਕਰੋਗੇ ਤਾਂ ਜੀਵਨ ਪਰਮੇਸ਼ਵਰ ਦੀ ਪ੍ਰਾਪਤੀ ਹੋਵੇ। ਜੋ ਭਰਮ ਭੁਲੇਖੇ ਕਰਕੇ ਮਨੁੱਖ ਵਿਕਾਰਾਂ ਵਿੱਚ ਪੈ ਕੇ ਫਿਰ ਪਛਤਾਉਂਦਾ ਹੈ, ਦੁਖੀ ਹੁੰਦਾ ਹੈ, ਉਹ ਦੁੱਖ ਨਹੀਂ ਹੋਣਾ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਹੈ, ਭਰਮ ਭੁਲੀ ਭਰ ਜੋ ਕਰ ਪਛਤਾਣੀ, ਜਲ ਥਲ ਨੀਰ ਭਰੇ ਬਰਸ ਉੱਤੇ ਰੰਗ ਮਾਣੀ, ਬਰਸੈ ਨਿਸ਼ਕਾਲੀ ਕਿਉਂ ਸੁਖ ਵਾਲੀ, ਦਾਦਰ ਮੋਰ ਲਵੰਦੇ ਪ੍ਰਿਓ ਪ੍ਰਿਓ ਚਲੈ, ਬਾਬੂਆ ਬੋਲੈ ਹੋਏ ਅੰਗਮ ਫਿਰੈ ਦਸੰਤੇ, ਮੱਛਰ ਡੰਗ ਸਾਇਲ ਹਰ ਸੁਭਰ ਬਿਨ ਹਰ ਕਿਉਂ ਸੁਖ ਪਾਈਐ, ਨਾਨਕ ਪੂਛ ਕਦੋ ਗੁਰ ਆਪਣੇ, ਜਹ ਪ੍ਰਭ ਤੈ ਹੀ ਜਾਈਐ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਾਧੋ ਦੇ ਮਹੀਨੇ ਦੀ ਮੌਸਮ ਅਨੁਸਾਰ ਕੁਦਰਤ ਦਾ ਚਿੰਤਨ ਕੀਤਾ ਹੈ। ਮਹਾਦੋਏ ਭਰਮ ਦੂਜਾ ਭਾਵ ਪੈਦਾ ਕਰਨ ਵਾਲਾ ਜੋ ਸੁਣਨ ਅਤੇ ਭਾਦੋ ਦਾ ਮਹੀਨਾ ਹੁਣੇ ਆਪਣੇ ਸੁਣਿਆ ਹੈ, ਥੋੜ੍ਹੀ ਜਿਹੀ ਬਰਸਾਤ ਪੈਣ 'ਤੇ ਹਵਾ ਠੰਡੀ ਚੱਲ ਪੈਂਦੀ ਹੈ ਅਤੇ ਠੰਡਾ ਮੌਸਮ ਮਹਿਸੂਸ ਹੁੰਦਾ, ਫਿਰ ਥੋੜ੍ਹੀ ਦੇਰ ਬਾਅਦ ਸੂਰਜ ਦੀ ਗਰਮੀ ਦੇ ਸੇਕ ਦੇ ਨਾਲ ਹੁਮਸ ਪੈਦਾ ਹੋ ਜਾਂਦਾ ਹੈ। ਮਨੁੱਖ ਬਹੁਤ ਹੀ ਉਸ ਹੁਮਸ ਵਾਲੇ ਸਮੇਂ ਵਿੱਚ ਆਪਣਾ ਜੀਵਨ ਔਖਾ ਬਤੀਤ ਕਰਦਾ, ਹਵਾ ਚੱਲਦਾ ਹੈ, ਹਵਾ ਚੱਲਦੀ ਨਹੀਂ, ਬਹੁਤ ਹੀ ਸੂਰਜ ਦੀ ਗਰਮੀ ਦਾ ਸੇਕ। ਮਹਾਦੋਏ ਭਰਮ ਭੁਲੀ, ਜਿਹੜੀ ਇਸਤਰੀ ਭਰਮ ਵਿੱਚ ਪੈ ਕੇ ਭੁਲੇਖੇ ਵਿੱਚ ਪੈ ਕੇ ਪਤੀ ਨੂੰ ਜੋ ਸੁੱਖਾਂ ਦੇ ਪਦਾਰਥ ਦੇਣ ਵਾਲਾ ਹੈ, ਉਸਨੂੰ ਆਪਣਾ ਸੁਖਦਾਤਾ ਨਾ ਸਮਝ ਕੇ ਹੋਰ ਹੋਰ ਪਾਸੇ ਚਿਤਣਾਉਂਦੀ ਹੈ, ਉਹ ਪਛਤਾਉਂਦੀ ਹੈ। ਉਹ ਭਾਵੇਂ ਕਿੰਨੇ ਹੀ ਸਰੀਰ ਦੇ ਸ਼ਿੰਗਾਰ ਕਰ ਲਵੇ, ਲੱਖ ਸ਼ਿੰਗਾਰ ਬਣਾਇਆ ਕਾਰਜ ਨਾ ਹੀ ਕੀਤਾ, ਲੱਖਾਂ ਹੀ ਕੀਤੇ ਹੋਏ ਸ਼ਿੰਗਾਰ ਉਸ ਇਸਤਰੀ ਨੇ ਪਿਛਲੇ ਲੇਖੇ ਨੇ ਜੋ ਪਤੀ ਦੀ ਸੇਵਾ ਦਾ ਪਿਆਰ ਸੁਚਾ। ਇਸੇ ਤਰ੍ਹਾਂ ਮਨੁੱਖ ਜਗਤ ਦੇ ਜੀਵਨ ਦਾ ਅਤੇ ਪਰਮਾਤਮਾ ਦੇ ਨਾਮ ਨਾਲ ਪਿਆਰ ਨਹੀਂ ਕਰਦਾ, ਕਿੰਨੇ ਧਰਮ ਧਰਮ ਕਰ ਲਵੇ ਕਿਸੇ ਲੇਖੀ ਨਹੀਂ। ਜੋ ਸਰੀਰ ਦੇ ਅੰਦਰ ਪਰਮਾਤਮਾ ਦਾ ਸਿਮਰਨ ਪੈਦਾ ਨਹੀਂ ਹੋਇਆ,
ਇਹ ਸਰੀਰ ਬਿਨਸ ਜਾਣ ਵਾਲਾ ਜਿਸ ਦਿਨ ਜੇ ਬਿਨਸ ਸੀ ਜਿਸ ਵੇਲੇ ਇਹ ਸਰੀਰ ਪ੍ਰਾਣ ਨਿਕਲ ਜਾਂਦੇ ਹਨ ਸਰੀਰ ਉਹੀ ਹੁੰਦਾ ਮਿੱਟੀ ਦੀ ਢੇਰੀ ਬਣ ਜਾਂਦਾ ਹੈ ਜੋ ਬਹੁਤ ਹੀ ਪਿਆਰ ਕਰਨ ਵਾਲੇ ਹਨ ਜਿਹਨੂੰ ਤੇਗ ਬਹਾਦਰ ਜੀ ਨੇ ਰਚਨ ਕੀਤਾ ਹੈ ਹਰ ਕੀ ਨਾਲ ਬਹੁਤ ਹੀ ਪਜਾਸਿਓ ਸਦਾ ਰਹਿਤ ਸੰਗਰਾਮੀ ਜਬ ਹੰਸ ਜੀ ਇਹ ਪਾਇਆ ਜਨਮ ਬੀਤਾ ਜਾ ਰਿਹਾ ਹੈ
ਚੱਲ ਸਮਾਂ ਆਉਣ ਤੋਂ ਪਹਿਲਾਂ ਪਹਿਲਾਂ ਹੀ ਮਾਰੇ ਕਹਿੰਦੇ ਹਾਂ ਬਹੁਤ ਘੱਟ ਹੈ ਜਿਨਸ ਰਹਿਣ ਵਾਲੇ ਮਨ ਗੁਰਮੇਲ ਮਨ ਗੁਰੂ ਵਾਲਾ ਗੋਬਿੰਦ ਮਨ ਗੁਰਮੇਲ ਕਾਜ ਸਵਾਰੇ ਮਨ ਗੁਰਮੇਲ ਕਾਜ ਸਵਾਰੇ ਮਨ ਗੁਰਮੇਲ ਕਾਜ ਸਵਾਰੇ ਗੁਰਮੇਲ ਕਾਜ ਸਵਾਰੇ ਮਨ ਗੁਰਮੇਲ ਕਾਜ ਸਵਾਰੇ ਗੁਰਮੇਲ ਕਾਜ ਸਵਾਰੇ ਛੁੱਕਦੀਆਂ ਬੋਲੀਆਂ ਆ ਕੇ ਛਾਤੀ ਪਾੜ ਦਿੰਦੀਆਂ ਹਨ
ਦੁਨੀਆਂ ਵਾਲੇ ਪਾਤਸ਼ਾਹ ਜੀ ਦੇ ਬਾਦ ਸਿੱਖਾਂ ਨੇ ਆ ਕੇ ਸ਼ਿਕਾਇਤ ਕੀਤੀ ਕਿ ਸਾਡੇ ਪਹਿਲਾਂ ਦਰ ਪਤਾ ਨਹੀਂ ਗੁਰੂ ਗੋਬਿੰਦ ਸਿੰਘ ਜੀ ਰੋਕਣ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ਼ਿਕਾਇਤ ਹੋਣ ਦੇ ਭਾਈ ਕਨ੍ਹਈਆ ਜੀ ਨੂੰ ਬੁਲਾਇਆ ਆਪਣੇ ਪਾਸ। ਭਾਈ ਕਨ੍ਹਈਆ ਜੀ ਹੱਥ ਜੋੜ ਕੇ ਸਾਹਮਣੇ ਖੜੇ ਹੋ ਗਏ ਵਾਲੇ ਪਾਤਸ਼ਾਹ ਕਹਿੰਦੇ ਭਾਈ ਕਨ੍ਹਈਆ ਤੇਰੀ ਸ਼ਿਕਾਇਤ, ਦੁਸ਼ਮਣਾਂ ਨੂੰ ਪਾਣੀ ਪਿਲਾਇਆ ਨਹੀਂ ਮਾਰਿਆ, ਡਿਊਟੀ ਜੋ ਲਗਾਈ ਹੈ ਸਿੱਖਾਂ ਨੂੰ ਪਾਣੀ ਪਿਲਾਇਆ ਨਹੀਂ ਮਾਰਿਆ, ਹੋਰ ਕਿਹਨੂੰ ਪਾਣੀ ਪਿਲਾਇਆ? ਕਹਿਣ ਲੱਗਾ ਭਗਤ ਨੇ ਯਾਰ ਮਹਾਰਾਜ ਤੈਨੂੰ ਪਿਆ ਪਿਲਾਵਾਂ ਪਾਣੀ ਸਿਰ ਮੇਰੇ ਦੇ ਸਾਈ ਤੁਰਕ ਅਤੁਰਕ ਨਾ ਦਿਸਦਾ ਮੈਨੂੰ ਤੂੰ ਸਾਰੇ ਦਿਸ ਪਾਈ ਉੱਠੇ ਤੇ ਕਰ ਲਾਇਆ ਸਤਿਗੁਰੂ ਗੱਬੀ ਹੱਥ ਫੜਾਈ ਪਾਣੀ ਨਾਲ ਮਲਮ ਵੀ ਰੱਖੀ ਲੋੜ ਪਈ ਤੇ ਲੰਘਿਆ ਜਿੱਥੇ ਹਰ ਪਿਆਸੇ ਇਨਸਾਨ ਨੂੰ ਮੇਰਾ ਰੂਪ ਜਾਣ ਕੇ ਪਾਣੀ ਪਿਲਾਉਣ ਦੀ ਸੇਵਾ ਕੀਤੀ ਹੈ। ਲੈ ਮਨ ਦੀ ਡੁੱਬੀ ਪਿਆਰਿਆ ਕੋਈ ਜ਼ਖਮੀ ਹੋ ਜਾਏ ਫੁੱਟੜ ਹੋ ਜਾਏ ਤਾਂ ਉਸਨੂੰ ਵੀ ਮੇਰਾ ਰੂਪ ਜਾਣ ਕੇ ਮਲਮ ਪੱਟੀ ਵੀ ਕਰਿਆ ਤੇਰੇ ਤੋਂ ਇਹ ਸੰਤੁਸ਼ਟੀ ਸੇਵਾ ਕਰਨ ਵਾਲਿਆਂ ਦੀ ਜਥੇਬੰਦੀ ਕਾਇਮ ਹੋਈ ਸੰਪਦਾ ਚਲੇ। ਸੋ ਕਰੀਏ ਮਾਰੇ ਪਾਤਸ਼ਾਹ ਜੀ ਦੀ ਆਸ਼ੀਰਵਾਦ ਦਾ ਦੁੱਖ ਸਦਕਾ ਸੇਵਾ ਪੰਥੀ ਦਾ ਸੰਚਾਲਨ ਹੋਇਆ ਜੇ ਸਿੱਖ ਕੌਮ ਦਾ ਹੀ ਅੰਗ ਹੈ ਸੇਵਾ ਪੰਥੀ ਸਾਹਿਬ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦੇ ਹਨ। ਜੋ ਵੀ ਆਏ ਗੁਰੂ ਗ੍ਰੰਥ ਸਾਹਿਬ ਜੀ ਦੇ ਕਾਰਨ ਨਾਲ ਜੋੜਦੇ ਹਨ ਇੱਕ ਵਾਰੀ ਮਹਾਰਾਜਾ ਰਣਜੀਤ ਸਿੰਘ ਉਸਨੂੰ ਪਤਾ ਨਹੀਂ ਸੀ ਮੈਂ ਗੁਰੂ ਸਾਹਿਬ ਜੀ ਕੌਣ ਹੂੰ। ਅੱਜ ਪਹਿਲੇ ਮਹਾਂਪੁਰਖ ਬਾਬਾ ਗੁਰਬਿੰਦਰ ਸਿੰਘ ਜੀ ਦੇ ਦਰਸ਼ਨ ਕਰਕੇ ਗਿਆ ਸੀ, ਆਸ਼ੀਰਵਾਦ ਲੈ ਕੇ ਗਿਆ ਸੀ। ਕਹਿਣ ਲੱਗਾ ਮੈਂ ਗੁਰੂ ਸਾਹਿਬ ਦੇ ਦਰਸ਼ਨ ਕਰਨਾ। ਉਸ ਵੇਲੇ ਆਪ ਲੰਗਰ ਤੰਦੂਰ ਦੇ ਪ੍ਰਸ਼ਾਦੇ ਪਕਾ ਰਹੇ ਸੀ। ਮਹਾਰਾਜ ਜੀ ਨੇ ਪੁੱਛਿਆ ਤਾਂ ਹੱਥ ਬੋਲੇ ਕਹਿਣ ਲੱਗੇ ਆਓ ਤੁਹਾਨੂੰ ਸਾਹਿਬ ਦੇ ਦਰਸ਼ਨ ਉੱਪਰ ਚਬਾਰੇ ਚ ਲੈ। ਮਹਾਰਾਜਾ ਰਣਜੀਤ ਸਿੰਘ ਨੇ ਸੋਚਿਆ ਉੱਪਰ ਉਹ ਮਹਾਂਪੁਰਖ ਬੈਠੇ ਹੋ ਪਰ ਉੱਪਰ ਲਗਾ ਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ ਜਾ ਕੇ ਮਹਾਰਾਜਾ ਜੀ ਨੂੰ ਕਹਿਣ ਲੱਗੇ ਸਾਹਿਬ ਦਾ ਇਹ ਗੁਰੂ ਗ੍ਰੰਥ ਸਾਹਿਬ ਦਾਸ ਤੂੰ ਜੋ ਕਰਦਾ ਸੇਵਾ ਐਸੀ ਨਿਮਰਤਾ ਗੁਰੂ ਗ੍ਰੰਥ ਸਾਹਿਬ ਪ੍ਰਤੀ ਪ੍ਰਿਆਲ ਸਤਿਕਾਰ ਵੇਖ ਕਰਕੇ ਮਹਾਰਾਜ ਜੀ ਦਾ ਰਣਜੀਤ ਸਿੰਘ ਜੀ ਦਾ ਬਹੁਤ ਖੁਸ਼ ਹੋਇਆ।
ਆਪੋ ਸਤਨਾਮ ਸ਼੍ਰੀ ਇਸ ਤਰ੍ਹਾਂ ਸੇਵਾ ਕੀਤੀ ਸਾਧੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬ ਜਾਣ ਕੇ ਸਦਾ ਚਰਨਾਂ ਵਿੱਚ ਰਹਿ ਕੇ ਸੇਵਾ ਕਰਦੇ ਹਨ। ਸਾਸੂ ਜੀ ਉਹ ਸਾਨੂੰ ਵੀ ਅੱਜ ਸਾਧੂ ਦੇ ਨਾਮ ਦੁਆਰੇ ਹੁਕਮ ਹੈ, ਨਾਨਕ ਪੂਛ ਚਲੋ ਗੁਰ ਆਪਣੇ ਜੈ ਪ੍ਰਭਾਈ ਮਤ ਰਹਿ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸਿੱਖਿਆ ਅਨੁਸਾਰ ਆਪਣਾ ਜੀਵਨ ਠਾਰੀਏ, ਅੰਮ੍ਰਿਤ ਵੇਲੇ ਜਾਗਿਆ ਕਰੀਏ, ਕਿਤ ਲਾ ਕੇ ਨਾਮ ਦਾ ਸਿਮਰਨ ਕਰੀਏ, ਪਰਮੇਸ਼ਵਰ ਨੂੰ ਸਰਵ ਵਿਆਪੀ ਜਾਣ ਕੇ ਮੂੜ ਬੋਲਣ ਤੋਂ ਨਿੰਦਿਆ ਕਰਨ ਦੀਆਂ ਵਾਦੀਆਂ ਤੋਂ ਆਪਣੇ ਆਪ ਨੂੰ ਬਚਾਈਏ ਤੇ ਗੁਰੂ ਅਨੁਸਾਰ ਆਪਣਾ ਜੀਵਨ ਬਣਾਵਾਂਗੇ। ਜਿਨ੍ਹਾਂ ਦੀ ਗੁਰੂ ਆਪ ਵਾਲਾ ਪ੍ਰਖਿਆ ਕਰਨ ਵਾਲਾ ਹੋਵੇਗਾ। ਸੋ ਪਿਆਰਿਓ, ਹੁਣ ਮਹਾਂਪੁਰਖ ਭਾਈ ਮਹਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।